ਖਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਇੱਕ ਮੁਲਜ਼ਮ ਦਾ ਪਿੱਛਾ ਕੀਤਾ ਜਾ ਰਿਹਾ ਸੀਗਾ ਜਿਸ ਦੌਰਾਨ ਗੋਲੀ ਚੱਲੀ ਹੈ, ਤਾਂ ਗੁਰਦਾਸਪੁਰ ਦੇ ਕਲਨ ਰੋਡ ਦੇ ਉੱਪਰ ਇਹ ਘਟਨਾ ਵਾਪਰੀ ਹੈ। ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਜਿੱਥੇ ਪੁਲਿਸ ਮੁਲਾਜ਼ਮ ਤੁਹਾਨੂੰ ਨਜ਼ਰ ਆ ਰਹੇ ਨੇ। ਮੁੱਢਲੀ ਜਾਣਕਾਰੀ ਅਨੁਸਾਰ ਇੱਕ ਮੁਲਜ਼ਮ ਦਾ ਪੁਲਿਸ ਦੇ ਵੱਲੋਂ ਪਿੱਛਾ ਕੀਤਾ ਜਾ ਰਿਹਾ ਸੀਗੀਆਂ। ਦੋ ਗੱਡੀਆਂ ਜਿਹੜੀਆਂ ਸੀਗੀਆਂ ਉਹ ਜਾ ਰਹੀਆਂ ਸੀਗੀਆਂ, ਤਾਂ ਪਿੱਛੇ ਗੱਡੀ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਮੁਲਜ਼ਮ ਦਾ ਪਿੱਛਾ ਕੀਤਾ ਜਾ ਰਿਹਾ ਸੀਗਾ ਜਿਸ ਦੌਰਾਨ ਗੋਲੀ ਚੱਲਣ ਦੀ ਖਬਰ ਸਾਹਮਣੇ ਆ ਰਹੀ ਹੈ। ਹਾਲਾਂਕਿ ਕਲੀਅਰ ਨਹੀਂ ਹੋ ਸਕਿਆ ਕਿ ਪੁਲਿਸ ਦੇ ਵੱਲੋਂ ਗੋਲੀ ਚਲਾਈ ਗਈ ਹੈ ਜਾਂ ਮੁਲਜ਼ਮ ਦੇ ਵੱਲੋਂ ਜਿਹੜੀ ਹੈ ਉਹ ਫਾਇਰ ਕੀਤਾ ਗਿਆ, ਤਾਂ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਕਿਸੇ ਮੁਕੱਦਮੇ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਸੀਗੀ ਜਿਸ ਦੌਰਾਨ ਇਹ ਗੋਲੀ ਚੱਲਣ ਦੀ ਖਬਰ ਸਾਹਮਣੇ ਆ ਰਹੀ ਹੈ। ਤਾਂ ਗੁਰਦਾਸਪੁਰ ਦੇ ਕਲਾਨੋ ਰੋਡ ਦੇ ਉੱਪਰ ਮੋਹਨ ਪਲਾਜ਼ਾ ਦੇ ਨਜ਼ਦੀਕ ਇਹ ਗੋਲੀ ਚੱਲਣ ਦੀ ਖਬਰ ਸਾਹਮਣੇ ਆਈ ਹੈ, ਤਾਂ ਮੌਕੇ ਦੇ ਉੱਪਰ ਪੁਲਿਸ ਦੇ ਵੱਡੇ ਅਧਿਕਾਰੀ ਪਹੁੰਚੇ ਹੋਏ ਨੇ। ਹਾਲਾਂਕਿ ਕਿਸੇ ਤਰ੍ਹਾਂ ਦੀ ਅਜੇ ਕਲੀਅਰੈਂਸ ਜਿਹੜੀ ਆ ਉਹ ਸਾਹਮਣੇ ਨਹੀਂ ਆਈ ਕਿ ਕਿਸ ਮਾਮਲੇ ਦੇ ਵਿੱਚ ਮੁਲਜ਼ਮ ਦਾ ਪਿੱਛਾ ਕੀਤਾ ਜਾ ਰਿਹਾ ਸੀਗਾ, ਕਿਹੜੇ ਕੇਸ ਦੇ ਵਿੱਚ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ। ਤਾਂ ਦੋ ਗੱਡੀਆਂ ਦੱਸੀਆਂ ਜਾ ਰਹੀਆਂ ਨੇ, ਇੱਕ ਕ੍ਰੇਟਾ ਗੱਡੀ ਹੈਗੀ ਆ ਔਰ ਇੱਕ i20 ਗੱਡੀ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ। ਪੁਲਿਸ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਪਿੱਛਾ ਕੀਤਾ ਜਾ ਰਿਹਾ ਸੀਗਾ ਇੱਕ ਮੁਲਜ਼ਮ ਦਾ, ਜਿਸ ਨੂੰ ਫੜਨ ਦੀ ਜਿਹੜੀ ਸੀਗੀ ਉਹ ਕੋਸ਼ਿਸ਼ ਕੀਤੀ ਜਾ ਰਹੀ ਸੀਗੀ, ਤਾਂ ਜਿਸ ਦੌਰਾਨ ਜਿਹੜੀ ਆ ਉਹ ਗੋਲੀ ਚੱਲੀ ਹੈਗੀ ਆ। ਗੋਲੀ ਚੱਲਣ ਤੋਂ ਬਾਅਦ ਹਾਲਾਂਕਿ ਮੁਲਜ਼ਮ ਨੂੰ ਜਿਹੜਾ ਉਹ ਕਾਬੂ ਕਰ ਲਿੱਤਾ ਗਿਆ ਪੁਲਿਸ ਦੇ ਵੱਲੋਂ। ਹਾਲਾਂਕਿ ਕਿਹੜੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਸੀਗੀ ਇਸ ਗੱਲ ਦਾ ਜਿਹੜੀ ਆ ਉਹ ਅਜੇ ਤੱਕ ਜਾਣਕਾਰੀ ਪੁਲਿਸ ਦੇ ਵੱਲੋਂ ਸਾਂਝੀ ਨਹੀਂ ਕੀਤੀ ਗਈ, ਪਰ ਫਿਲਹਾਲ ਪੁਲਿਸ ਦੇ ਵੱਡੇ ਅਧਿਕਾਰੀ ਜਿਹੜੇ ਨੇ ਮੌਕੇ ਦੇ ਉੱਪਰ ਪਹੁੰਚੇ ਹੋਏ ਨੇ, ਜਿਨ੍ਹਾਂ ਦੇ ਵੱਲੋਂ ਜਿਹੜੀ ਹੈ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਤਾਂ ਗੁਰਦਾਸਪੁਰ ਦੇ ਮੋਹਨ ਪਲਾਜ਼ਾ ਦੇ ਨਜ਼ਦੀਕ ਦੱਸਿਆ ਜਾ ਰਿਹਾ ਕਿ ਇੱਕ i20 ਔਰ ਇੱਕ ਕ੍ਰੇਟਾ ਗੱਡੀ ਜਿਹੜੀ ਹੈ ਉਹਦੇ ਵੱਲੋਂ ਪਿੱਛਾ ਕੀਤਾ ਜਾ ਰਿਹਾ ਸੀਗਾ। ਤਾਂ ਜਾਣਕਾਰੀ ਜਿਹੜੀ ਮੁੱਢਲੀ ਸਾਹਮਣੇ ਆ ਰਹੀ ਹੈ ਕਿ ਪੁਲਿਸ ਦੇ ਮੁਲਾਜ਼ਮ ਹੀ ਹੈਗੇ ਸੀਗੇ ਜਿਹੜੇ ਇੱਕ ਮੁਲਜ਼ਮ ਦਾ ਪਿੱਛਾ ਕਰ ਰਹੇ ਸੀਗੇ, ਤਾਂ ਜਿਸ ਦੌਰਾਨ ਗੋਲੀ ਚੱਲੀ ਹੈਗੀ ਆ। ਹਾਲਾਂਕਿ ਇਹ ਵੀ ਕਲੀਅਰ ਨਹੀਂ ਹੋ ਸਕਿਆ ਕਿ ਪੁਲਿਸ ਦੇ ਵੱਲੋਂ ਗੋਲੀ ਚਲਾਈ ਗਈ ਹੈ ਜਾਂ ਜਿਹਦਾ ਪਿੱਛਾ ਕੀਤਾ ਜਾ ਰਿਹਾ ਸੀਗਾ ਮੁਲਜ਼ਮ ਦਾ ਉਹਦੇ ਵੱਲੋਂ ਗੋਲੀ ਚਲਾਈ ਗਈ ਹੈ। ਤਾਂ ਕੁਝ ਹੀ ਦੇਰ ਦੇ ਵਿੱਚ ਸਾਰੀ ਜਾਣਕਾਰੀ ਨਿਕਲ ਕੇ ਬਾਹਰ ਆਵੇਗੀ, ਕਿਉਂਕਿ ਗੋਲੀ ਇੱਕ ਜ਼ਰੂਰ ਚੱਲੀ ਹੈਗੀ ਹੈ। ਤਾਂ ਇਹ ਖਬਰ ਜ਼ਰੂਰ ਸਾਹਮਣੇ ਆ ਰਹੀ ਹੈ ਕਿ ਇੱਕ ਗੋਲੀ ਚੱਲੀ ਹੈਗੀ ਹੈ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਪੁਲਿਸ ਦੇ ਮੁਲਾਜ਼ਮ ਹੀ ਹੈਗੇ ਸੀਗੇ ਜਿਹੜੇ ਇੱਕ ਮੁਲਜ਼ਮ ਦਾ ਪਿੱਛਾ ਕਰ ਰਹੇ ਸੀਗੇ, ਤਾਂ ਕਿਸੇ ਕੇਸ ਦੇ ਵਿੱਚ ਜਿਹੜਾ ਸੀਗਾ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ। ਜਿਵੇਂ ਇਹ ਪੁਲਿਸ ਦੇ ਵੱਲੋਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਮੁਲਜ਼ਮ ਦੇ ਵੱਲੋਂ ਗੱਡੀ ਜਿਹੜੀ ਹੈ ਉਹ ਭਜਾ ਲਈ ਜਾਂਦੀ ਹੈ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਪਿੱਛਾ ਕੀਤਾ ਜਾਂਦਾ ਔਰ ਮੋਹਨ ਪਲਾਜ਼ਾ ਦੇ ਨਜ਼ਦੀਕ ਆ ਕੇ ਜਿਹੜੀ ਹੈ ਇੱਕ ਰਾਉਂਡ ਜਿਹੜਾ ਉਹ ਫਾਇਰ ਕੀਤਾ ਜਾਂਦਾ। ਹਾਲਾਂਕਿ ਪੁਲਿਸ ਦੇ ਵੱਲੋਂ ਰਾਉਂਡ ਫਾਇਰ ਕੀਤਾ ਗਿਆ ਕਾਬੂ ਕਰਨ ਵਾਸਤੇ ਜਾਂ ਮੁਲਜ਼ਮ ਦੇ ਵੱਲੋਂ ਜਿਹੜੀ ਹੈ ਪੁਲਿਸ ਦੇ ਉੱਪਰ ਗੋਲੀ ਚਲਾਈ ਗਈ ਹੈ, ਤਾਂ ਹਾਲਾਂਕਿ ਇਸ ਚੀਜ਼ ਦੀ ਕਲੈਰਿਟੀ ਨਹੀਂ ਹੋ ਸਕੀ। ਹਾਲਾਂਕਿ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਜਿਹੜੀ ਹੈ ਵੱਡੇ ਅਧਿਕਾਰੀ ਉੱਥੇ ਪਹੁੰਚੇ ਨੇ, ਤਾਂ ਉਹਨਾਂ ਦੇ ਵੱਲੋਂ ਇਨਵੈਸਟੀਗੇਸ਼ਨ ਜ਼ਰੂਰ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਇਹ ਘਟਨਾ ਵਾਪਰੀ ਆ ਔਰ ਕਿਹੜੇ ਕੇਸ ਦੇ ਵਿੱਚ ਜਿਹੜਾ ਸੀਗਾ ਮੁਲਜ਼ਮ ਨੂੰ ਕਾਬੂ ਕੀਤਾ ਗਿਆ। ਹਾਲਾਂਕਿ ਇਹ ਵੀ ਜਾਣਕਾਰੀ ਨਹੀਂ ਦੱਸੀ ਗਈ ਕਿ ਕਿਹੜੇ ਕੇਸ ਦੇ ਵਿੱਚ ਜਿਹੜਾ ਸੀਗਾ ਉਹ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਸੀਗੀ ਔਰ ਕਿੱਥੋਂ ਮੁਲਜ਼ਮ ਜਿਹੜਾ ਸੀਗਾ ਫਰਾਰ ਹੋਇਆ ਸੀਗਾ, ਤਾਂ ਪੂਰਾ ਕੇਸ ਕੀ ਹੈਗਾ ਇਸ ਬਾਰੇ ਅਜੇ ਜਾਣਕਾਰੀ ਜਿਹੜੀ ਹੈ ਉਹ ਨਿਕਲ ਕੇ ਬਾਹਰ ਨਹੀਂ ਆਈ। ਪਰ ਫਿਲਹਾਲ ਗੋਲੀ ਇੱਕ ਚੱਲਣ ਦੀ ਖਬਰ ਜ਼ਰੂਰ ਸਾਹਮਣੇ ਆਈ ਹੈ ਔਰ ਪੁਲਿਸ ਦੇ ਵੱਡੇ ਅਧਿਕਾਰੀ ਉੱਥੇ ਮੌਜੂਦ ਹੈਗੇ ਨੇ, DSP ਜਿਹੜੇ ਨੇ ਉਹ ਉੱਥੇ ਪਹੁੰਚੇ ਹੈਗੇ ਨੇ, ਤਾਂ ਸਾਰੀ ਘਟਨਾ ਬਿਆਨ ਕਰ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਅੱਜ ਇਹ ਘਟਨਾ ਵਾਪਰੀ ਹੈ ਔਰ ਕਿਹਦੇ ਵੱਲੋਂ ਗੋਲੀ ਚਲਾਈ ਗਈ ਹੈ, ਤਾਂ ਸਾਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਇੱਕ ਸਾਨੂੰ ਹੁਣੇ ਇਨਫੋਰਮੇਸ਼ਨ ਮਿਲੀ ਆ ਕਿ ਕਾਨੂੰਵਾਲ ਚੌਂਕ ਤੋਂ ਨਵੀਪੁਰ ਚੌਂਕ ਨੂੰ ਜਾਂਦਿਆਂ ਚਮਨ ਹਸਪਤਾਲ ਦੇ ਲਾਗੇ ਕਿਤੇ ਫਾਇਰਿੰਗ ਹੋਈ ਹੈ। ਉਹ ਹੁਣ ਪਤਾ ਕਰਨ 'ਤੇ ਲੱਗਾ ਵੀ ਇੱਕ ਕੋਈ i20 ਕਾਰ ਸੀ, ਉਹਦਾ ਕੋਈ ਕ੍ਰੇਟਾ ਕਾਰ ਜਿਹੜੀ ਪਿੱਛਾ ਕਰ ਰਹੀ ਸੀ, ਉਹਨਾਂ ਨੇ ਘੇਰ ਕੇ ਇੱਕ ਮੁੰਡੇ ਨੂੰ ਰਾਊਂਡ ਅਪ ਕੀਤਾ ਆ। ਇਹ ਸਾਰਾ ਹੁਣ ਦੇਖ ਕੇ ਚੈੱਕ ਕਰਕੇ ਪਤਾ ਲੱਗੇਗਾ ਵੀ ਕਿਹਨੇ ਕੀ ਕੀਤਾ ਆ। ਇਹ ਵੀ ਪਤਾ ਲੱਗ ਰਿਹਾ ਵੀ ਸ਼ਾਇਦ ਪੁਲਿਸ ਵਾਲਿਆਂ ਨੇ ਕਿਤੇ ਕੀਤਾ ਆ। ਹੁਣ ਇਹ ਸਾਰੀ ਗੱਲ ਨੂੰ ਵੈਰੀਫਾਈ ਕਰਨ ਤੋਂ ਬਾਅਦ ਹੀ ਜਿਹੜਾ ਅਗਲਾ ਸੀ ਤੁਹਾਨੂੰ ਜਿਹੜੀ ਇਹਦੇ ਬਾਰੇ ਇਨਫੋਰਮੇਸ਼ਨ ਦੇਵਾਂਗੇ। ਸਰ ਕਿੰਨੇ ਰੋਂਦ ਫਾਇਰਿੰਗ ਹੋਈ ਹੈ? ਅਜੇ ਇਹਨਾਂ ਨਹੀਂ ਪਤਾ ਲੱਗਾ ਕਿੰਨੇ ਰੋਂਦ ਹੋਏ, ਪਰ ਫਾਇਰ ਹੋਇਆ ਜ਼ਰੂਰ ਹੈ।
ਕਈ ਵਾਰੀ ਇੱਦਾਂ ਆ ਪੁਲਿਸ ਜਦੋਂ ਕਿਸੇ ਮੁਜਰਮ ਦੀ ਨਿਗਰਾਨੀ ਕਰਦੀ ਹੈ ਜਾਂ ਕੋਈ ਕਰਦਾ ਫਿਰ ਉਹਦੇ 'ਚ ਸਿਵਲ ਕੱਪੜੇ ਵੀ ਵਰਤੇ ਜਾ ਸਕਦੇ ਆ ਕਿਸੇ ਨੂੰ ਫੜਨ ਲਈ। ਅਜੇ ਤੁਹਾਨੂੰ ਸਾਰਾ ਰਿਜ਼ਲਟ ਤੋਂ ਬਾਅਦ ਹੀ ਦੱਸਦੇ ਹਾਂ ਅਸੀਂ ਵੀ ਕੀ ਅਸਲ ਅਸਲੀਅਤ ਕੀ ਹੈਗੀ।